ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਈਰੂਡਾਈਟ ਨਿਊਟ੍ਰੀਸ਼ਨ ਤੋਂ। ਡਾਇਬਟੀਜ਼ ਦੀ ਟੌਪਿਕ ਦੇ ਉੱਪਰ ਗੱਲ ਕਰਦੇ ਕਰਦੇ ਅਸੀਂ ਪਹੁੰਚ ਗਏ ਹਾਂ ਨੌਨ ਵੈਜ ਖਾਣੇ ਦੇ ਉੱਪਰ, ਜਿਹਦੇ ਵਿੱਚ ਅਸੀਂ ਐੱਗ, ਚਿਕਨ ਅਤੇ ਫਿਸ਼ ਬਾਰੇ ਗੱਲ ਕਰਾਂਗੇ। ਅਗਰ ਤੁਸੀਂ ਡਾਇਬਟਿਕ ਹੋ ਤਾਂ ਤੁਸੀਂ ਐੱਗ, ਚਿਕਨ ਅਤੇ ਫਿਸ਼ ਖਾ ਸਕਦੇ ਹੋ, ਲੇਕਿਨ ਉਹਦੀ ਇੱਕ ਲਿਮਿਟ ਹੋਣੀ ਚਾਹੀਦੀ ਹੈ, ਐਂਡ ਉਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸੂੰਗਾ। ਸੋ ਅਗਰ ਤੁਸੀਂ ਵੈਜੀਟੇਰੀਅਨ ਹੋ ਅਤੇ ਇਹ ਵੀਡੀਓ ਦੇਖ ਰਹੇ ਹੋ, ਇਹਦਾ ਇਹ ਮਤਲਬ ਨਹੀਂ ਵੀ ਇਹ ਵੀਡੀਓ ਤੁਹਾਡੇ ਕੰਮ ਦੀ ਨਹੀਂ, ਠੀਕ ਹੈ, ਕਿਉਂਕਿ ਆਪਣੀ ਨੌਲੇਜ ਵਾਸਤੇ ਮੈਂ ਰਿਕਮੈਂਡ ਕਰਦਾ ਵੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ। ਸੋ ਦੋਸਤੋ, ਪ੍ਰੋਟੀਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਨੌਨ ਵੈਜ ਖਾਣੇ ਦੇ ਵਿੱਚ ਬਹੁਤ ਡੈਂਸ ਪ੍ਰੋਟੀਨ ਹੁੰਦਾ ਆ। ਪ੍ਰੋਟੀਨ ਸਿੱਧੇ ਤੌਰ ਦੇ ਉੱਪਰ ਤਾਂ ਸਾਡੇ ਬਲੱਡ ਸ਼ੂਗਰ ਦੇ ਉੱਪਰ ਕੋਈ ਮਾੜਾ ਅਸਰ ਨਹੀਂ ਕਰਦਾ, ਲੇਕਿਨ ਅਗਰ ਤੁਸੀਂ ਪ੍ਰੋਟੀਨ ਨੂੰ ਬਹੁਤ ਜ਼ਿਆਦਾ ਅਮਾਊਂਟ ਵਿੱਚ ਲੈ ਲਓ, ਜ਼ਿਆਦਾ ਮਾਤਰਾ ਦੇ ਵਿੱਚ ਲੈ ਲਓ, ਤਾਂ ਬਿਲਕੁਲ ਇਹ ਤੁਹਾਡੇ ਬਲੱਡ ਗਲੂਕੋਜ਼ ਲੈਵਲ ਨੂੰ ਵਧਾਏਗਾ, ਜਦਕਿ ਇਹਦੇ ਵਿੱਚ ਕੋਈ ਕਾਰਬੋਹਾਈਡਰੇਟਸ ਨਹੀਂ ਹੁੰਦੇ, ਠੀਕ ਹੈ, ਐਂਡ ਫਾਈਬਰ ਵੀ ਨਹੀਂ ਹੁੰਦਾ। ਲੇਕਿਨ ਬਿਨਾਂ ਕਾਰਬੋਹਾਈਡਰੇਟਸ ਦੇ ਉੱਤੋਂ ਬਿਨਾਂ ਕਾਰਬੋਹਾਈਡਰੇਟਸ ਤੋਂ ਕੋਈ ਚੀਜ਼ ਕਿੱਦਾਂ ਸਾਡੇ ਬਲੱਡ ਸ਼ੂਗਰ ਲੈਵਲਸ ਨੂੰ ਵਧਾ ਸਕਦੀ ਹੈ? ਸੋ ਉਹਦੇ ਵਿੱਚ ਅਸੀਂ ਆਪਣੇ ਸਰੀਰ ਦੀ ਬਣਤਰ ਦੇਖਾਂਗੇ। ਸਾਡਾ ਸਰੀਰ ਐਨਰਜੀ ਵਾਸਤੇ ਕਾਰਬੋਹਾਈਡਰੇਟਸ ਜਾਂ ਫੈਟਸ ਨੂੰ ਯੂਜ਼ ਕਰਦਾ ਆ, ਪ੍ਰੋਟੀਨਸ ਨੂੰ ਸਾਡਾ ਸਰੀਰ ਯੂਜ਼ ਕਰਦਾ ਆ ਲਾਸਟ ਰਿਜ਼ੋਰਟ 'ਤੇ, ਜਦੋਂ ਅਸੀਂ ਨਾ ਕਾਰਬੋਹਾਈਡਰੇਟ ਲੈ ਰਹੇ ਹੋਈਏ ਨਾ ਫੈਟ ਲੈ ਰਹੇ ਹੋਈਏ, ਅਸੀਂ ਸਿਰਫ ਪ੍ਰੋਟੀਨ ਖਾ ਰਹੇ ਹੋਈਏ, ਉਸ ਟਾਈਮ ਸਾਡੀ ਬੋਡੀ ਜਿਹੜੀ ਹੈ ਉਹ ਐਨਰਜੀ ਵਾਸਤੇ ਪ੍ਰੋਟੀਨ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੀ ਹੈ, ਠੀਕ ਹੈ। ਸੋ ਅਗਰ ਤੁਸੀਂ ਚਿਕਨ ਜਾਂ ਫਿਸ਼ ਜਾਂ ਅੰਡਾ ਜ਼ਰੂਰਤ ਤੋਂ ਜ਼ਿਆਦਾ ਮਾਤਰਾ 'ਚ ਖਾਓਗੇ, ਲੋੜ ਤੋਂ ਜ਼ਿਆਦਾ ਇੱਕੋ ਸਿਟਿੰਗ ਦੇ ਵਿੱਚ ਪ੍ਰੋਟੀਨ ਇੰਨਾ ਜ਼ਿਆਦਾ ਲੈ ਲਓਗੇ ਐਨੀਮਲ ਬੇਸ, ਉਹਦਾ ਰਿਜ਼ਲਟ ਇਹ ਹੋਏਗਾ ਵੀ ਤੁਹਾਡੀ ਬੋਡੀ ਉਸ ਪ੍ਰੋਟੀਨ ਨੂੰ ਹੁਣ ਐਨਰਜੀ ਵਾਸਤੇ ਯੂਜ਼ ਕਰਨਾ ਸ਼ੁਰੂ ਕਰ ਦੇਗੀ, ਨਾ ਕਿ ਤੁਹਾਡੇ ਮਸਲ ਨੂੰ ਰਿਪੇਅਰ ਜਾਂ ਮਸਲ ਨੂੰ ਗਰੋ ਕਰਨ ਵਾਸਤੇ। ਸੋ ਆਓ ਪਹਿਲਾਂ ਆਪਾਂ ਨੋਰਮਲ ਲਿਮਿਟਸ ਬਾਰੇ ਗੱਲ ਕਰੀਏ। ਦੇਖੋ, ਅਲੱਗ ਅਲੱਗ ਡਾਇਟੀਸ਼ਨ ਅਤੇ ਨਿਊਟ੍ਰੀਸ਼ਨਿਸਟ ਤੁਹਾਨੂੰ ਅਲੱਗ ਅਲੱਗ ਲਿਮਿਟਸ ਦੱਸ ਸਕਦੇ ਆ। ਮੈਂ ਇੱਕ ਬੜੀ ਸੇਫ ਜੀ ਲਿਮਿਟ ਤੁਹਾਨੂੰ ਦੱਸੂੰਗਾ, ਉਹ ਹੈਗੀ ਹੈ 30 ਗ੍ਰਾਮ ਪ੍ਰੋਟੀਨ ਦੀ, ਠੀਕ ਹੈ। ਤੁਹਾਡੇ ਕਿਸੇ ਵੀ ਖਾਣੇ ਦੇ ਵਿੱਚ ਅਸੀਂ ਇੱਕ ਸਿਟਿੰਗ ਦੇ ਵਿੱਚ 30 ਗ੍ਰਾਮ ਤੋਂ ਜ਼ਿਆਦਾ ਪ੍ਰੋਟੀਨ ਆਪਾਂ ਨਾ ਲਈਏ, ਅਸੀਂ ਇਸ ਤੋਂ ਥੱਲੇ ਥੱਲੇ ਹੀ ਆਪਣੀ ਕੰਜ਼ਮਪਸ਼ਨ ਰੱਖੀਏ, ਤਾਂ ਕਿ ਸਾਨੂੰ ਬਲੱਡ ਸ਼ੂਗਰ ਦੀ ਚਿੰਤਾ ਨਾ ਕਰਨੀ ਪਵੇ, ਠੀਕ ਹੈ। ਸੋ ਅਗਰ ਆਪਾਂ ਐੱਗ ਦੀ ਗੱਲ ਕਰਦੇ ਹਾਂ, ਇੱਕ ਐੱਗ ਜਿਹੜਾ ਹੈ ਉਹ 7 ਗ੍ਰਾਮ ਪ੍ਰੋਟੀਨ ਅਤੇ 6 ਗ੍ਰਾਮ ਫੈਟ ਦਾ ਹੁੰਦਾ ਆ। ਅਗਰ ਅਸੀਂ ਇਕੱਲਾ ਐੱਗ ਦਾ ਵਾਈਟ ਹਿੱਸਾ ਲੈ ਰਹੇ ਹਾਂ ਅਤੇ ਉਹ 4 ਗ੍ਰਾਮ ਪ੍ਰੋਟੀਨ ਮੰਨਿਆ ਜਾਏਗਾ। ਸੋ ਤੁਸੀਂ ਇਹਦੇ ਹਿਸਾਬ ਨਾਲ ਆਪੀ ਕੈਲਕੂਲੇਸ਼ਨ ਕਰ ਸਕਦੇ ਹਾਂ ਕਿ 2 ਹੋਲ ਐੱਗ ਪੂਰੇ ਸਾਬਤ ਅੰਡੇ ਅਤੇ 2 ਇਕੱਲੇ ਅੰਡਿਆਂ ਦਾ ਸਫੇਦ ਹਿੱਸਾ, ਇਹ ਤੁਸੀਂ ਆਪਣੇ ਖਾਣੇ ਦੇ ਵਿੱਚ ਲੈ ਸਕਦੇ ਹੋ ਇੱਕ ਟਾਈਮ ਦੇ ਉੱਪਰ, ਬਸ਼ਰਤੇ ਤੁਸੀਂ ਇਹਦੇ ਨਾਲ ਕੋਈ ਮਿੱਠਾ ਨਹੀਂ ਖਾ ਰਹੇ। ਮਿੱਠਾ ਤਾਂ ਚਲੋ ਵੈਸੇ ਵੀ ਆਪਾਂ ਡਾਇਬਟੀਜ਼ ਦੇ ਵਿੱਚ ਅਵੋਇਡ ਹੀ ਕਰਨਾ, ਲੇਕਿਨ ਕੋਈ ਬ੍ਰੈਡ ਵਗੈਰਾ ਵੀ ਇਹਦੇ ਨਾਲ ਆਪਾਂ ਨਹੀਂ ਲੈਣੀ, ਠੀਕ ਹੈ ਜੀ। ਹੁਣ ਅੱਗੇ ਗੱਲ ਕਰਦੇ ਹਾਂ ਚਿਕਨ ਫਿਸ਼ ਬਾਰੇ। ਦੇਖੋ, ਚਿਕਨ ਫਿਸ਼ ਬਾਰੇ ਅਗਰ ਮੈਂ ਤੁਹਾਨੂੰ ਦੱਸਾਂ, ਤਾਂ 100 ਗ੍ਰਾਮ ਚਿਕਨ ਜਾਂ ਫਿਸ਼ ਦੇ ਵਿੱਚ ਤਕਰੀਬਨ 20 ਤੋਂ 25 ਗ੍ਰਾਮ ਪ੍ਰੋਟੀਨ ਹੁੰਦਾ ਆ, ਠੀਕ ਹੈ ਜੀ। ਇਹ 20 ਤੋਂ 25 ਗ੍ਰਾਮ ਪ੍ਰੋਟੀਨ ਜਿਹੜਾ ਆ, ਇਹੀ ਸਾਡੀ ਲਿਮਿਟ ਹੋਣੀ ਚਾਹੀਦੀ ਹੈ। ਸੋ ਅਗਰ ਅਸੀਂ ਚਿਕਨ ਜਾਂ ਫਿਸ਼ ਖਾ ਰਹੇ ਹਾਂ ਤਾਂ ਉਹਨੂੰ ਅਸੀਂ 100 ਗ੍ਰਾਮ ਦੀ ਮਾਤਰਾ ਦੇ ਵਿੱਚ ਹੀ ਲਈਏ। ਮੇਰੇ ਵੱਲੋਂ ਚਾਹੇ ਤੁਸੀਂ ਰੋਜ਼ ਚਿਕਨ ਥੋੜ੍ਹਾ ਥੋੜ੍ਹਾ ਖਾਓ, ਰੋਜ਼ ਫਿਸ਼ ਥੋੜ੍ਹੀ ਥੋੜ੍ਹੀ ਖਾਓ, ਲੇਕਿਨ ਖਾਓ ਇਸੇ ਹੀ ਮਾਤਰਾ 'ਚ। ਅਗਰ ਅਸੀਂ 30-30 ਗ੍ਰਾਮ ਦੀ ਲਿਮਿਟ ਲੈ ਕੇ ਵੀ ਦਿਨ 'ਚ 3 ਵਾਰ ਖਾਣਾ ਖਾਂਦੇ, ਤਾਂ ਵੀ 90 ਗ੍ਰਾਮ ਪ੍ਰੋਟੀਨ ਸਾਡੀ ਬੋਡੀ 'ਚ ਜਾ ਰਿਹਾ। 90 ਗ੍ਰਾਮ ਪ੍ਰੋਟੀਨ ਆਮ ਬੰਦੇ ਵਾਸਤੇ ਬਹੁਤ ਜ਼ਿਆਦਾ ਆ, ਠੀਕ ਹੈ। ਸੋ ਈਜ਼ੀਲੀ ਤੁਸੀਂ ਇਸ ਚੀਜ਼ ਨੂੰ ਮੈਨੇਜ ਕਰ ਸਕਦੇ ਹਾਂ। ਸਿਰਫ ਕਰਨਾ ਕੀ ਹੈ ਵੀ ਅਸੀਂ ਆਪਣੇ ਪੋਰਸ਼ਨ ਸਾਈਜ਼, ਜਿਹੜੀ ਲਿਮਿਟ ਅਸੀਂ ਖਾਣ ਦੀ ਹੈ, ਅਸੀਂ ਉਹਨੂੰ ਰਿਡਿਊਸ ਕਰਨਾ ਹੈ, ਉਹਨੂੰ ਅਸੀਂ ਆਪਣੇ ਧਿਆਨ 'ਚ ਰੱਖ ਕੇ ਖਾਣਾ ਹੈ ਵੀ ਲੋੜ ਤੋਂ ਜ਼ਿਆਦਾ ਨਹੀਂ ਖਾਣਾ, ਠੀਕ ਹੈ ਜੀ। ਸੋ ਇੱਕ ਆਮ ਬੰਦਾ ਜਿਹਦਾ ਵਜ਼ਨ 60 ਕਿਲੋ ਆ, ਉਹਨੂੰ ਤਕਰੀਬਨ 45-48 ਗ੍ਰਾਮ ਤੱਕ ਪ੍ਰੋਟੀਨ ਇੱਕ ਦਿਨ ਦੇ ਵਿੱਚ ਚਾਹੀਦਾ ਹੁੰਦਾ ਆ। ਸੋ ਅਗਰ ਤੁਸੀਂ ਉਸ ਪ੍ਰੋਟੀਨ ਨੂੰ ਪੂਰਾ ਕਰਦੇ ਹਾਂ ਅਤੇ ਨੌਨ ਵੈਜ ਖਾਣਾ ਉਹਦੇ ਵਾਸਤੇ ਤੁਸੀਂ ਲੈਂਦੇ ਹਾਂ, ਸੋ ਉਹਦੀ ਮਾਤਰਾ ਨੂੰ ਪਲੀਜ਼ ਬਹੁਤ ਘੱਟ ਰੱਖਣਾ ਆ, ਠੀਕ ਹੈ ਜੀ। ਹੁਣ ਅਗਲੀ ਗੱਲ ਆ ਗਈ ਵੀ ਜੇ ਤੁਸੀਂ 100 ਗ੍ਰਾਮ ਚਿਕਨ ਖਾਣਾ ਸਟਾਰਟ ਕਰਦੇ ਹੋ, ਲੇਕਿਨ ਤੁਸੀਂ ਉਹਨੂੰ ਤਲ ਕੇ ਖਾਣਾ ਸਟਾਰਟ ਕਰਦੇ ਹੋ ਕਿ ਅਸੀਂ ਤਾਂ ਫਰਾਈ ਫਿਸ਼ ਖਾਣੀ ਹੈ, ਅਸੀਂ ਤਾਂ ਫਰਾਈ ਚਿਕਨ ਖਾਣਾ, ਦੇਖੋ ਫਿਰ ਤਾਂ ਡੈਫੀਨੇਟਲੀ ਹੀ ਉਹ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਖਰਾਬ ਕਰੇਗਾ, ਜਦਕਿ ਭਾਵੇਂ ਅਸੀਂ ਉਹਦੇ 'ਚ ਕੋਈ ਮਿੱਠਾ ਨਹੀਂ ਪਾਇਆ,
ਠੀਕ ਹੈ, ਅਸੀਂ ਉਹਦੇ ਵਿੱਚ ਫਿਸ਼ ਯੂਜ਼ ਕਰਦੇ ਪਏ ਹਾਂ ਜਾਂ ਚਿਕਨ ਨਾਲ ਅਸੀਂ ਤੇਲ ਯੂਜ਼ ਕਰਦੇ ਪਏ। ਦੇਖੋ ਨਾ ਤਾਂ ਫਿਸ਼ ਚਿਕਨ ਦਾ ਕੋਈ ਮਾੜਾ ਅਸਰ ਸਾਡੇ ਬਲੱਡ ਗਲੂਕੋਜ਼ 'ਤੇ ਆ ਘੱਟ ਮਾਤਰਾ 'ਚ, ਅਤੇ ਨਾ ਤੇਲ ਦਾ ਕੋਈ ਮਾੜਾ ਅਸਰ, ਲੇਕਿਨ ਜ਼ਰੂਰੀ ਨਹੀਂ ਵੀ ਇਹਨਾਂ ਦੋਨਾਂ ਨੂੰ ਜਦੋਂ ਤੁਸੀਂ ਕੰਬਾਈਨ ਕਰ ਦੇਣਾ ਉਹ ਵੀ ਮਾੜਾ ਅਸਰ ਨਹੀਂ ਪਾਊਗਾ। ਜਿੰਨਾ ਤੁਸੀਂ ਕਿਸੇ ਤੇਲ ਨੂੰ ਸਾੜੋਗੇ, ਜਿੰਨਾ ਕਿਸੇ ਤੇਲ ਨੂੰ ਤੁਸੀਂ ਗਰਮ ਕਰੋਗੇ, ਉਹ ਬ੍ਰੇਕਡਾਊਨ ਹੋਏਗਾ। ਉਹਦੇ ਵਿੱਚ ਪੱਕਿਆ ਹੋਇਆ ਖਾਣਾ ਤੁਹਾਡੇ ਸ਼ੂਗਰ ਲੈਵਲ ਨੂੰ ਬਿਲਕੁਲ ਵੀ ਟਿਕਣ ਨਹੀਂ ਦੇਗਾ ਐਂਡ ਉਹਨੂੰ ਬਹੁਤ ਹਾਈ ਕਰ ਦੇਗਾ। ਠੀਕ ਹੈ, ਸੋ ਤਲਿਆ ਹੋਇਆ ਬਿਲਕੁਲ ਨਹੀਂ ਖਾਣਾ। ਤੁਸੀਂ ਇਹਦਾ ਸੂਪ ਬਣਾ ਸਕਦੇ ਹਾਂ, ਤੁਸੀਂ ਚਿਕਨ ਜਾਂ ਫਿਸ਼ ਦਾ ਜਿਹੜਾ ਆ ਉਹਨੂੰ ਭੁੰਨ ਸਕਦੇ ਹਾਂ, ਠੀਕ ਹੈ, ਜਾਂ ਤੁਸੀਂ ਉਹਨੂੰ ਤੜਕਾ ਵਗੈਰਾ ਲਾ ਕੇ ਆਮ ਸਬਜ਼ੀ ਵਾਂਗੂ ਬਣਾ ਸਕਦੇ ਹਾਂ, ਠੀਕ ਹੈ, ਲੇਕਿਨ ਫਰਾਈ ਕਰਕੇ ਨਹੀਂ ਖਾਣਾ, 100 ਗ੍ਰਾਮ ਤੋਂ ਜ਼ਿਆਦਾ ਨਹੀਂ ਖਾਣਾ ਇੱਕ ਟਾਈਮ 'ਤੇ, ਠੀਕ ਹੈ ਜੀ। ਸੋ ਮੈਂ ਉਮੀਦ ਕਰਦਾ ਹਾਂ ਵੀ ਇਸ ਚੀਜ਼ ਨੂੰ ਤੁਸੀਂ ਅਗਲੀ ਵਾਰ ਜ਼ਰੂਰ ਧਿਆਨ 'ਚ ਰੱਖੋਗੇ, ਠੀਕ ਹੈ। ਅਗਰ ਤੁਸੀਂ ਮੇਰਾ ਯੂਟਿਊਬ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ। ਅਗਰ ਤੁਸੀਂ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ ਉੱਪਰ ਫੋਲੋ ਨਹੀਂ ਕਰਦੇ ਤਾਂ ਜ਼ਰੂਰ ਕਰੋ। ਇੱਦਾਂ ਦੀਆਂ ਜਾਣਕਾਰੀ ਖਾਣੇ ਪ੍ਰਤੀ ਅਤੇ ਨਿਊਟ੍ਰੀਸ਼ਨ ਬਾਰੇ ਜਾਣਕਾਰੀ ਲੈਣ ਵਾਸਤੇ ਮੇਰੀਆਂ ਪਿਛਲੀ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹਾਂ, ਅਤੇ ਅਗਲੀ ਵੀਡੀਓਜ਼ ਦੇਖਣ ਵਾਸਤੇ ਵੀ ਮੇਰੇ ਨਾਲ ਜੁੜੇ ਰਹੋ। ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਠੀਕ ਹੈ ਜੀ। ਆਪਾਂ ਮਿਲਾਂਗੇ ਅਗਲੀ ਵਾਰ, ਧੰਨਵਾਦ।